ਲਾਇਦਾ ਜੀ ਆਵਾਂਗੇ ਹਾਂਜੀ ਤੁਸੀਂ ਵਾਦਾ ਪੂਰਾ ਕਰ ਲਿਆ ਹਾਂ ਵਾਦਾ ਪੂਰਾ ਹੋ ਗਿਆ ਤੁਹਾਡਾ ਜੀ ਹਾਂ ਮੈਂ ਤੁਹਾਨੂੰ ਵਾਦਾ ਕਰਕੇ ਗਿਆ ਸੀ ਨਾ ਪੰਜਾਬ 'ਚ ਨਾ ਹੜ੍ਹ ਆਏ ਹੋਏ ਨੇ ਉੱਥੇ ਸੇਵਾਵਾਂ 'ਚ ਬਿਜ਼ੀ ਸੀਗੇ ਤਾਂ ਥੋੜ੍ਹੇ ਲੇਟ ਆ ਜਾਣੇ ਨਹੀਂ ਪਹਿਲਾਂ ਆ ਜਾਣਾ ਸੀਗਾ ਵਾਹਿਗੁਰੂ ਜੀ ਕਰਮਜੀਤ ਕੌਰ 28 ਸਾਲ ਦੀ ਹੈ ਔਰ ਜ਼ਿੰਦਗੀ ਦੇ ਦੋ ਨੇ ਤਿੰਨ ਦੌਰ ਨਿਕਲ ਗਏ ਨਾ ਜਿਵੇਂ ਮੇਰੀ ਪੱਗ ਮੇਰੇ ਸਰੀਰ ਦਾ ਹਿੱਸਾ ਹੈ ਨਾ ਜਾਂ ਮੇਰੀ ਸਾਡੇ ਪੈਰ ਹੈ ਨਾ ਸਾਨੂੰ ਮੋਬਿਲਿਟੀ ਲਈ ਜ਼ਰੂਰੀ ਹੈ ਉੱਦਾਂ ਇਹ ਵੀਲਚੇਅਰ ਇਹਦੇ ਪੈਰ ਬਣਨ ਵਾਲੇ ਨੇ ਔਰ ਇਹ ਸਮਾਜ ਦੇ ਵਿੱਚ ਵਾਪਸੀ ਕਰ ਸਕਦੀ ਹੈ ਦੁਬਾਰਾ ਘੁੰਮ ਸਕਦੀ ਹੈ ਆਪਣੇ ਬਲਬੂਤੇ 'ਤੇ ਹੈ ਨਾ ਇਹ ਬਹੁਤ ਜ਼ਰੂਰੀ ਹੈ ਇਹਦੇ ਲਈ ਕਰਮਜੀਤ ਕੌਰ ਕਿੱਦਾਂ ਲੱਗ ਰਿਹਾ ਬੱਚੇ ਤੁਸੀਂ ਖੁਦ ਜਾ ਸਕਦੇ ਹੋ ਤੁਹਾਡੀ ਮੰਮੀ ਤੁਹਾਨੂੰ ਬਾਹਰ ਕੱਢ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਖੁਦ ਜਾ ਸਕਦੇ ਹੋ ਇੱਥੋਂ ਆਕੜੀ ਹੋਈ ਹੈ ਸਿੱਧੀ ਬੈਠ ਸਕਦੀ ਹੈ ਦੇਖੋ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਜੀਤ ਕੌਰ 28 ਸਾਲ ਤੋਂ ਬੈੱਡ ਰਿਡਨ ਹੈ ਦੋ ਨਹੀਂ ਤਿੰਨ ਦਹਾਕੇ ਨਿਕਲਣ ਵਾਲੇ ਹੋ ਗਏ ਉਮਰ ਦੇ ਇਸ ਬੱਚੇ ਦੀ ਵੀ ਕੁਛ ਖੁਆਇਸ਼ਾਂ ਰਹੀਆਂ ਹੋਣੀਆਂ ਜ਼ਿੰਦਗੀ ਦੀ ਰੰਗੀਨੀਆਂ ਦੇਖਣ ਲਈ ਜ਼ਿੰਦਗੀ ਦੇਖਣਾ ਚਾਹੁੰਦੀ ਸੀ ਦੁਨੀਆ ਕਿੱਦਾਂ ਦੀ ਹੈ ਬਾਹਰ ਨਿਕਲਣਾ ਚਾਹੁੰਦੀ ਸੀ ਬਟ ਦਿਲ ਦੇ ਅਰਮਾਨ ਜੋ ਸੀ ਦਿਲ ਦੇ ਵਿੱਚ ਦੱਬ ਕੇ ਰਹਿ ਗਏ ਸੰਗਤ ਦੇ ਸਹਿਯੋਗ ਦੇ ਨਾਲ ਇਹ ਇਲੈਕਟ੍ਰਿਕ ਵੀਲਚੇਅਰ ਜੋ ਦੇਣ ਆਏ ਹਾਂ ਇਹ ਇਸ ਬੱਚੇ ਦੇ ਲਈ ਪੈਰਾਂ ਦਾ ਕੰਮ ਕਰੇਗੀ ਮੋਬਿਲਿਟੀ ਲੀਡਸ ਟੂ ਹੈਪੀਨੈਸ ਇਸ ਦੇ ਨਾਲ ਇਹਦੀ ਆਵਾਜਾਈ ਸਮਾਜ ਦੇ ਵਿੱਚ ਵਾਪਸੀ ਹੋਏਗੀ ਹੈ ਨਾ ਇਨਸਾਨ ਇੱਕ ਸੋਸ਼ਲ ਐਲੀਮੈਂਟ ਹੈ ਉਹਨੂੰ ਸਮਾਜ ਦੀ ਪਰਿਵਾਰ ਦੀ ਜ਼ਰੂਰਤ ਪੈਂਦੀ ਹੈ ਇਸ ਵੀਲਚੇਅਰ ਨਾਲ ਇਹ ਘੁੰਮ ਫਿਰ ਸਕਦੀ ਹੈ ਆਪਣੇ ਪਿੰਡ ਪਿੰਡ ਦੇ ਪਿੰਡ ਦੇਖ ਸਕਦੀ ਹੈ ਆਪਣੇ ਪਿੰਡ ਵਾਲਿਆਂ ਨੂੰ ਮਿਲ ਸਕਦੀ ਹੈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ